मैं गिन नहीं रहा ज्यादा सी बैन है साढ़े इंडिया के ये बीमारियां फैलदियां ने घर करते हैं लोग यार ओके इंडिया के किसी के घर च हों की हाल हों हाँ जी ना इंडिया जाके नहीं आप बोलते चाह इन्नी को पिलाते ने कि मैं हाँ सनी भाजी जे रुख इंडिया च हों रुख इधर देखो जे रुख इंडिया च किसी के घर च हों दूजे पास अद्धा दूजे पास जरा एप्रीकोट ही है ना है ना आ रुख जो मैं एप्रीकोट का जे इंडिया के किसी की दवार च हो एक पास है हाँ उनका हिस्सा हो जाता तो कंधा भी देखो बस ऐसी समझ आता सीमेंटड कंधा पिलर पा के कड़िया जाने ने इधर रहा इंडिया इधर रहा इंडिया इधर रहा अफ्रीका उधर कि नाइजीरिया देखो एक एक 100 फुट के तीन देश रह रहे ने की कह रहे से देखो सनी भाजी लगे हुए हैं साढ़े हरियाणवी फुल खातरदारी कर रहे ने हम भाभी जी चले गए ना मैं पहले ही कहा कैमरे के अगे होंगे सारे ना चुप कर जाते हैं सारे हम सनी भाजी बोलो इधर भाभी जी देख लो बोल नहीं रहे देख लो भाई साढ़े इंडिया आले आप इंडिया आले चाह च बहुत बदनाम आ तीजी बारी फुल मग भर भर के पी रहे ने शीशे तो बिट बैठ गई है लै नहीं रही सुक गई है फोर्ड किड़ा मॉडल है फोर्ड का पता नहीं ये फोर्ड का किड़ा मॉडल है भाजी फोक्स इंडिया ज़्यादा साया फोर्ड ही बंद हो गई अपने तो आइकॉन ज़्यादा चलते हैं आइकॉन तो काफी ओ आइकॉन ही कड़ी केड़ी होगी ये फीस तो फोर्ड दिन गड़ी मार्केट नहीं बनाई किसी ने माड़े मैकेनिक हम तो बंद होगी इंडिया से नहीं इंडिया सब तो एवरेज ओपन एवरी डे 7 AM टू 11 PM जूड़ा मास्टर हर दूजा तीजा बंदा इतने पंजाबी है ना इदा लगता ही नहीं कि आप बाहर कितने आ रहे हैं अज आप जा रहे हैं एक खास स्पेशल जगह पर सजदा करने वास्ते कि वाइट ले लिए
ਸਮਾਲ ਦੇਖ ਲਓ ਆਪਾਂ ਜਾ ਰਹੇ ਹਾਂ ਅੱਜ ਐਲਬਡਨ ਮਹਾਰਾਜਾ ਦਲੀਪ ਸਿੰਘ ਦੀ ਸਮਾਧ 'ਤੇ ਕਿਤੇ ਜਾਣਾ ਉਸ ਸ਼ਰਧਾਂਜਲੀ ਵਾਸਤੇ ਕੋਈ ਬੁੱਕੇ ਲੈਣ ਲੱਗੇ ਕੋਈ ਦੇਖ ਲਓ ਦੇਖ ਲਓ ਜਿਹੜਾ ਚੰਗਾ ਲੱਗਦਾ ਉਹ ਕੀ ਕਹਿੰਦਾ ਤੁਸੀਂ ਉਹ ਵੀ ਠੀਕ ਆ ਉਹ ਵੀ ਠੀਕ ਆ ਇੱਕ ਇਹ ਲੈ ਲੈਣੀ ਇਹ ਲੈ ਲੈਣਾ ਠੀਕ ਹੈ ਛੱਬੀ ਅਠਾਈ ਤੀਹ ਹਵਾ ਭਰਨ ਦਾ ਕੰਮ ਛੇੜ ਲਿਆ ਆਪਾਂ ਇੱਥੇ ਗੱਡੀਆਂ ਗੁੱਡੀਆਂ ਲਾਇਆ ਕੋਈ ਰਾਹ ਪੰਪ ਹੈ ਆਪਣਾ ਐਸੋ ਕਿੰਨੀ ਕਰਨੀ ਹੈ ਤੀਹ ਪੈਂਤੀ ਸਾਹਿਬ ਜੀ ਪੈਂਤੀ ਦੇਖੋ ਛੱਤ ਫ੍ਰੀ ਨਾ ਹੋਵੇ ਏਅਰ ਸਕਰੀਨ ਵਾਸ਼ ਇਹਨਾਂ ਲਿਖਿਆ ਹੋਇਆ ਨੋ ਚੇਂਜ ਗਿਵਨ ਉਹਨੇ ਹੀ ਪਾਉਣਾ ਬਿਨਾਂ ਪੈਸੇ ਲਏ ਤੇ ਵੀ ਕੋਈ ਨਹੀਂ ਚੱਲੀ ਲਾਸਟ ਈਅਰ ਆਇਆ ਸੀ ਲੰਡਨ ਤਾਂ ਉਸ ਟਾਈਮ ਆਪਾਂ ਸ਼ਹੀਦ ਊਧਮ ਸਿੰਘ ਦੀ ਜਗ੍ਹਾ 'ਤੇ ਜਾ ਕੇ ਉਸਨੂੰ ਸਜਦਾ ਕੀਤਾ ਸੀ ਇਸ ਵਾਰ ਆਏ ਹਾਂ ਲੰਡਨ ਤਾਂ ਇਸ ਵਾਰ ਜਾ ਰਹੇ ਹਾਂ ਮਹਾਰਾਜਾ ਦਲੀਪ ਸਿੰਘ ਦੀ ਸਮਾਧ 'ਤੇ ਜਿਹੜੇ ਸਾਡੇ ਪੂਰਵਜ ਨੇ ਹੈ ਨਾ ਸਾਡੇ ਬਜ਼ੁਰਗ ਹੀ ਕਹਿ ਸਕਦੇ ਹਾਂ ਬਾਪੂ ਹੀ ਕਹਿ ਸਕਦੇ ਹਾਂ ਸਾਡੇ ਤਾਂ ਬਾਪੂ ਉਹੀ ਨੇ ਜਿਹਨਾਂ ਸਾਡੇ ਵਾਸਤੇ ਕੁਛ ਕੀਤਾ ਉਹਨਾਂ ਦੀ ਕੁਰਬਾਨੀਆਂ ਨੂੰ ਯਾਦ ਰੱਖਣਾ ਸਾਡਾ ਹਰ ਇੱਕ ਦਾ ਫਰਜ਼ ਹੈ ਠੀਕ ਹੈ ਲੱਖ ਬੁਰੇ ਹੋਈਏ ਪਰ ਆਪਣੇ ਪੂਰਵਜਾਂ ਨੂੰ ਕਦੀ ਨਹੀਂ ਭੁੱਲਣਾ ਚਾਹੀਦਾ ਜਿਨ੍ਹਾਂ ਦੀ ਬਦੌਲਤ ਅਸੀਂ ਆਪਣੀ ਇੱਕ ਵੱਖਰੀ ਕੌਮ ਸਥਾਪਿਤ ਕੀਤੀ ਹੈ ਆਪਣੀ ਵੱਖਰੀ ਪਹਿਚਾਣ ਜਿਸ ਦੇ ਨਾਲ ਸਾਨੂੰ ਹਰ ਜਗ੍ਹਾ 'ਤੇ ਮਾਣ ਸਤਿਕਾਰ ਮਿਲਦਾ ਉਹ ਚੀਜ਼ਾਂ ਹਰ ਇੱਕ ਨੂੰ ਕਿੱਥੇ ਨਸੀਬ ਹੁੰਦੀਆਂ ਨੇ ਹੈ ਨਾ ਇਸ ਕਰਕੇ ਜਦੋਂ ਵੀ ਕਦੀ ਆਵੋ ਇੱਧਰ ਤਾਂ ਇਹਨਾਂ ਜਗ੍ਹਾ 'ਤੇ ਜ਼ਰੂਰ ਜਾਇਆ ਕਰੋ ਸ਼ਹਿਰ ਓਲਡ ਨੇ ਕਿ ਨਵੀਂ ਨੇ ਪੁਰਾਣਾ ਸ਼ਹਿਰ ਹੈ ਛੋਟੀਆਂ ਛੋਟੀਆਂ ਪਾਰਕਾਂ ਨੇ ਵੀ ਦੱਸਾਂ ਜਾ ਤਾਂ ਡਬਲ ਡੈਕਰੀ ਤੁਹਾਡੇ ਇੱਥੇ ਆ ਜਿਵੇਂ ਬਿਲਡਿੰਗਾਂ ਪੁਰਾਣੀਆਂ ਨੇ ਬਟ ਲੁੱਕ ਲਾਈਕ ਸਫਾਈ ਹੈ ਨਾ ਅੰਦਰੋਂ ਸਾਰੇ ਵਧੀਆ ਹੁੰਦੇ ਅੰਦਰੋਂ ਤੇ ਵਾਕਈ ਤੁਹਾਡੇ ਘਰ ਬਹੁਤ ਸੋਹਣੇ ਨੇ ਆ ਬਾਹਰ ਦੇ ਬਿਲਕੁਲ ਬਾਹਰ ਸਿੰਪਲ ਸਾਡੇ ਲੋਕਾਂ ਨੂੰ ਵਿਖਾਉਣ ਵਾਸਤੇ ਪੈਸਾ ਥੱਪੀ ਜਾਂਦੇ ਨੇ ਇੰਨੇ ਕੋਈ ਪਿੱਲਰ ਖੜੇ ਕਰ ਦੇਣਗੇ ਜਿਨ੍ਹਾਂ ਦਾ ਕੋਈ ਕੰਮ ਹੀ ਨਹੀਂ ਬ੍ਰਿਕਸ ਨੇ ਇਹਨਾਂ ਦਾ ਜ਼ਿਆਦਾ ਹੋਊਗਾ ਜਿਵੇਂ ਘੱਟ ਜਾਂਦੀ
ਦੇਖੋ ਹੁਣ ਕਿੰਨੀ ਇੱਕ ਲੇਨ ਦੇ ਵਿੱਚ ਹੀ ਇੱਕ ਹਿਸਾਬ ਦੀ ਇਹਨਾਂ ਦੀਆਂ ਛੱਤਾਂ ਨੇ ਵਿੰਡੋ ਨੇ ਹਨਾ ਆਪਣੇ ਜੇ ਕਿਸੇ ਨੇ 12 ਫੁੱਟ ਤੇ ਛੱਤ ਰੱਖ ਲਈ ਦੂਜੇ ਨਾਲ 13 ਫੁੱਟ ਤੇ ਰੱਖ ਲੂਗਾ ਅਨਲਿਮਿਟਡ ਬੱਸ ਡਰਾਈਵਰ ਫੋਰ ਅੰਡਰ 18 18 ਸਾਲ ਤੋਂ ਛੋਟਿਆਂ ਲਈ ਫ੍ਰੀ ਬੱਸਾਂ ਪਰ ਇੱਥੇ ਤਾਂ 18 ਸਾਲ ਦੇ ਛੋਟੇ ਬੱਚੇ ਵੀ ਪੂਰੇ ਚੰਟ ਨੇ ਇੱਥੇ ਤਾਂ ਫ੍ਰੀ ਬੱਸਾਂ ਵੀ ਹੁੰਦੀਆਂ ਨੇ ਹੈ ਨਾ ਕੁਛ ਸਿਟੀ ਬੱਸਾਂ ਜਿਵੇਂ ਨੇ ਕੁਛ ਜਿਵੇਂ ਉੱਧਰ ਗਏ ਸੀ ਮਲੇਸ਼ੀਆ ਉੱਥੇ ਹੈਗੀਆਂ ਹਨ ਬੱਸਾਂ ਫ੍ਰੀ ਬੱਸਾਂ ਸਿਟੀ ਬੱਸਾਂ ਕੁਛ ਹੋਰ ਦੇਸ਼ਾਂ 'ਚ ਵੀ ਹੈਗੀਆਂ ਨੇ ਦੁਬਾਰਾ ਫਿਰ ਕਣਕ ਬੀਜ ਦਿੰਦੇ ਨੇ ਥੋੜਾ ਸਮਾਂ ਖੁੱਲੀ ਰੱਖਦੇ ਨੇ ਜ਼ਮੀਨ ਸਰੋਂ ਕਣਕਾਂ ਜ਼ਮੀਨ ਇੱਥੇ ਵੀ ਰੋਡਾਂ ਵਾਲੀ ਹੈ ਨਾ ਭਾਜੀ ਵੈਲਕਮ ਚਰਚ ਓਪਨ ਇੱਥੋਂ ਆ ਰਸਤਾ ਹੋਏ ਗੱਡੀਆਂ ਲਈ ਇੱਥੋਂ ਸੀ ਕਿਤੇ ਪੜਦੇ ਕਾਮਨਵੈਲਥ ਵਾਰ ਗ੍ਰੇਵਸ ਕਾਮਨਵੈਲਥ ਉਹੀ ਤਾਂ ਦੇਖਣੀ ਚਰਚ ਓਪਨ ਐਲਨ ਇੱਥੇ ਆਪਣੇ ਸਿੱਖ ਅੰਪਾਇਰ ਦੇ ਲਾਸਟ ਰਾਜਾ ਦੀ ਗ੍ਰੇਵ ਕਬਰ ਜਾਣੀ ਕਿ ਸਾਡੇ ਸਿੱਖ ਰਾਜ ਦੀ ਜਿਹੜੀ ਕਿ ਨਾ ਕ੍ਰਿਸ਼ਨ ਜਾਵਾਂਗੇ ਕ੍ਰਿਸ਼ਨੈਟੀ ਦੇ ਵਿੱਚ ਇਹਨਾਂ ਨੇ ਲਾਸਟ ਰਸਮਾਂ ਉਹਦੀਆਂ ਕੀਤੀਆਂ
ਕੋਈ ਪਤਾ ਲੱਗੇਗਾ ਕਿੱਦਾਂ ਕਿ ਇੱਦਾਂ ਹੀ ਲੱਭਣੀ ਪਵੇਗੀ। ਸਾਡਾ ਜਿਹੜਾ ਲਾਸਟ ਰਾਜਾ ਹੋਇਆ ਉਸਦੀ ਕਬਰ ਲੱਭ ਰਹੇ ਹਾਂ ਇੱਥੇ ਕਿੱਥੇ ਹੈ। ਫੋਟੋਆਂ ਕਾਫੀ ਦੇਖੇ ਨਾ, ਪਰਲੀ ਸਾਈਡ ਤੇ ਵੀ ਹੈਗੇ ਨਾ ਉੱਧਰ ਵੀ, ਉਹ ਸਾਈਡ ਤੇ ਵੀ ਹੈਗੇ ਦੂਜੀ ਸਾਈਡ ਤੇ ਵੀ। ਫਿਰ ਵੀ ਕੋਈ ਨਾ ਕੋਈ ਤਾਂ ਸਾਡਾ ਹੈ ਜਿਸਨੇ ਸਾਰੀਆਂ ਕਬਰਾਂ ਦੇ ਵਿੱਚ ਡਿਫਰੈਂਟ ਬਣਾਈ ਹੋਈ ਹੈ। ਵਿਚ ਵਨ ਓਕੇ, ਮਹਾਰਾਜ ਦਲੀਪ ਸਿੰਘ, ਬੰਬਾ ਦਲੀਪ ਸਿੰਘ। ਇਹ ਬੰਬਾ ਉਹਨਾਂ ਦੇ ਵਾਈਫ ਸਨ ਨਾ? ਇਹਨਾਂ ਦੀ ਵਾਈਫ ਸੀ ਬੰਬਾ ਦਲੀਪ ਸਿੰਘ ਮਹਾਰਾਣੀ ਹੋਈ ਹੈ। ਓਕੇ, ਆਹ ਉਹਦਾ ਜਿਹੜਾ ਯੰਗੈਸਟ ਸਨ ਮਹਾਰਾਜ ਦਲੀਪ ਸਿੰਘ ਦਾ ਜਿਹੜਾ ਹਾਂ ਸਨ ਲਿਖਿਆ ਹੋਇਆ ਹੈ ਨਾ ਮਹਾਰਾਣੀ ਅਲੈਗਜ਼ੈਂਡਰ ਦਲੀਪ ਸਿੰਘ ਐਲਬਰਟ ਐਡਵਰਟ। ਇਹਨਾਂ ਦਾ ਜਨਮ ਹੋਇਆ ਸੀ ਲਾਹੌਰ ਪੰਜਾਬ ਦੇ ਵਿੱਚ ਜਦੋਂ ਸਿੱਖ ਅੰਪਾਇਰ ਸੀ ਉਦੋਂ ਆਪਣਾ, ਤੇ ਉਸ ਤੋਂ ਬਾਅਦ ਇਸ ਟਾਈਮ ਜਿਹੜੀ ਅਸੀਂ ਜਗ੍ਹਾ ਤੇ ਖੜੇ ਹੋਏ ਹਾਂ ਇਹ ਸਾਡੇ ਸਿੱਖ ਅੰਪਾਇਰ ਦੇ ਲਾਸਟ ਰਾਜਾ ਮਹਾਰਾਜਾ ਦਲੀਪ ਸਿੰਘ ਨੇ, ਜਿਹੜੇ ਕਿ ਮਹਾਰਾਜਾ ਰਣਜੀਤ ਸਿੰਘ ਦੇ ਛੋਟੇ ਪੁੱਤਰ ਤੇ ਮਹਾਰਾਣੀ ਜਿੰਦ ਕੌਰ ਜੀ ਦੇ ਬੇਟੇ ਸਨ। ਤੇ ਅਸੀਂ ਇਹਨਾਂ ਨੂੰ ਸਜਦਾ ਕਰਨ ਆਏ ਹਾਂ ਫੁੱਲਾਂ ਦੇ ਨਾਲ, ਕਿ ਜਿਹੜੇ ਜਿਨ੍ਹਾਂ ਦੀਆਂ ਕੁਰਬਾਨੀਆਂ ਦੇ ਨਾਲ ਅਸੀਂ ਅੱਜ ਆਪਣੇ ਪੂਰਵਜਾਂ ਦੇ ਇਤਿਹਾਸ 'ਤੇ ਮਾਣ ਕਰਦੇ ਹਾਂ, ਸੀਨੇ ਚੌੜੇ ਕਰਕੇ ਤੁਰਦੇ ਹਾਂ। ਆਪਣੇ ਸਮਾਜ ਵਿੱਚ ਇੱਕ ਵੱਖਰੀ ਕੌਮ ਦਾ ਸਾਨੂੰ ਟੈਗ ਮਿਲਿਆ ਹੋਇਆ, ਉਹ ਇਹਨਾਂ ਦੀਆਂ ਕੁਰਬਾਨੀਆਂ ਕਰਕੇ ਮਿਲਿਆ ਹੋਇਆ। ਅਤੇ ਤੁਸੀਂ ਵੀ ਕਦੀ ਵੀ ਇੱਧਰ ਆਉਂਦੇ ਹੋ ਤਾਂ ਜ਼ਰੂਰ ਇੱਥੇ ਵਿਜਿਟ ਕਰਿਆ ਕਰੋ। ਵੈਂਡਨ ਚਰਚ ਹੈ ਜਿੱਥੇ ਮਹਾਰਾਜਾ ਦਲੀਪ ਸਿੰਘ ਦੀ ਕਬਰ ਬਣਾਈ ਹੋਈ ਹੈ ਨਾ। ਗ੍ਰੇਟਰ ਗਲੋਰੀ ਆਫ ਗੋਡ। ਚਰਚ ਦਾ ਰਜਿਸਟਰ ਹੈ ਜਿਹਦੇ ਵਿੱਚ ਜਿਹੜਾ ਸੱਜਣ ਹੁੰਦਾ ਇੱਥੇ ਆਪਣੀ ਐਂਟਰੀ ਪਾ ਜਾਂਦਾ, ਪਰ ਜਿੰਨਾ ਵੀ ਅਸੀਂ ਬੋਲ ਰਹੇ ਹਾਂ ਇਸ ਦੇ ਵਿੱਚ ਸਾਰੇ ਪੰਜਾਬੀ ਆਪਣੇ ਆ ਰਹੇ ਨੇ ਆਪਣੇ ਆਖਰੀ ਸਿੱਖ ਨੂੰ ਦੇਖਣ ਵਾਸਤੇ, ਹੈ ਨਾ। ਸਿੱਖ ਕਬਰ ਨੂੰ ਪੰਜਾਬੀ ਦੇ ਵਿੱਚ ਵੀ ਬਹੁਤ ਸੱਜਣਾਂ ਨੇ ਲਿਖਿਆ ਹੋਇਆ। ਇਹ ਰਹਿ ਗਈ ਹੈ ਕਬਰ ਮਹਾਰਾਜਾ ਦਲੀਪ ਸਿੰਘ ਦੀ, ਜਿਹੜਾ ਕਿ ਸਿੱਖ ਅੰਪਾਇਰ ਦਾ ਲਾਸਟ ਰਾਜਾ ਸੀ। ਠੀਕ ਹੈ, ਅਤੇ ਸਜਦਾ ਕਰਕੇ ਚੱਲੇ ਹਾਂ, ਟ੍ਰਿਬਿਊਟ ਪੇ ਰਿਸਪੈਕਟ ਕਰਕੇ ਚੱਲੇ ਹਾਂ ਉਹਨਾਂ ਦੀ ਕਬਰ 'ਤੇ। ਠੀਕ ਹੈ, ਅਤੇ ਰਜਿਸਟਰ ਦੇਖਿਆ ਬੜਾ ਭਰਿਆ ਪਿਆ, ਬੜੀ ਦੁਨੀਆ ਆਉਂਦੀ ਹੈ, ਮਾਣ ਵਾਲੀ ਗੱਲ ਹੈ। ਸਾਰੀਆਂ ਕਬਰਾਂ ਉੱਬੜ ਖਾਬੜ ਪਈਆਂ ਨੇ, ਪਰ ਉਹਨਾਂ ਕਬਰਾਂ ਦੀ ਸਾਂਝ ਸੰਭਾਲ ਵੀ ਕੀਤੀ ਜਾ ਰਹੀ ਹੈ। ਇਹੀ ਹੈ ਕਿ ਜਦੋਂ ਤੁਹਾਡਾ ਪਿੱਛੇ ਬੈਕ ਪਰਿਵਾਰ ਹੈਗਾ ਤਾਂ ਉਹ ਤੁਹਾਨੂੰ ਜਿਉਂਦਾ ਰੱਖ ਸਕਦਾ ਤੁਹਾਡੇ ਜਾਣ ਤੋਂ ਬਾਅਦ ਵੀ। ਅਤੇ ਦੁੱਖ ਵੀ ਹੈ ਕਿਉਂਕਿ ਸਿੱਖ ਹੋਣ ਦੇ ਨਾਤੇ ਹੋਰ ਧਰਮ ਦੇ ਰੀਤੀ ਰਿਵਾਜ਼ਾਂ ਦੇ ਨਾਲ ਉਹਨਾਂ ਨੂੰ ਦੁਖਾਇਆ ਗਿਆ। ਵਾਹਿਗੁਰੂ। ਫਿਰ ਇੱਕ ਵਾਰੀ ਕਹਿ ਰਿਹਾ, ਇੰਗਲੈਂਡ ਆਉਂਦੇ ਹੋ ਵਿਜਿਟ ਜ਼ਰੂਰ ਕਰਕੇ ਜਾਇਆ ਕਰੋ। ਧੰਨਵਾਦ ਰਵੀ ਭਾਅ ਜੀ ਦਾ ਜਿਹਨੇ ਆਪਣੇ ਮਹਾਨ ਯੋਧੇ ਦੇ ਦਰਸ਼ਨ ਕਰਵਾਏ ਨੇ। ਚਲੋ ਮਿਲਦੇ ਹਾਂ ਬਾਕੀ ਹੋਰ ਗੱਲਾਂ ਦੇ ਨਾਲ ਅੱਗੇ।